ਇਹ ਜੀ ਅੰਮ੍ਰਿਤਸਰ ਕਮਿਸ਼ਨ ਦੇ ਥਾਣਾ ਸਿਵਲ ਲਾਈਨਸ ਵਿਖੇ 23 ਤਰੀਕ ਦੀ ਰਾਤ ਅਤੇ 24 ਤਰੀਕ ਦੀ ਸਵੇਰ ਨੂੰ ਦਰਮਿਆਨੀ ਰਾਤ ਨੂੰ ਦੋ ਸਟੂਡੈਂਟਸ ਜਿਨ੍ਹਾਂ ਵਿੱਚ ਇੱਕ ਤਾਂ ਨਾਮ ਲਵਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਦੂਸਰਾ ਨਿਤਿਨ ਇਹ ਪਿੰਡ ਅਲੀਵਾਲ ਜ਼ਿਲ੍ਹਾ ਫਾਜ਼ਿਲਕਾ ਦੇ ਰਹਿਣ ਵਾਲੇ ਨੇ ਇਹ ਉਸੇ ਦਿਨ ਇਹਨਾਂ ਦਾ ਦਿੱਲੀ ਪੁਲਿਸ ਦਾ ਰਿਕਰੂਟਮੈਂਟ ਦਾ ਕੋਈ ਇਗਜ਼ਾਮ ਸੀ ਅਤੇ ਇਗਜ਼ਾਮ ਦੇ ਸੰਬੰਧ ਵਿੱਚ ਇਹ ਅੰਮ੍ਰਿਤਸਰ ਆਏ ਹੋਏ ਸਨ ਜਦੋਂ ਇਹ ਰਾਤ ਨੂੰ ਕਰੀਬ 1:30 ਵਜੇ ਦਰਬਾਰ ਸਾਹਿਬ ਮੱਥਾ ਟੇਕਣ ਜਾਣ ਲਈ ਪੈਦਲ ਜਾ ਰਹੇ ਸੀ ਅਤੇ ਜਦੋਂ ਭੰਡਾਰੀ ਪੁਲ ਦੇ ਨੀਚੇ ਪਹੁੰਚਦੇ ਹਨ ਤਾਂ ਉੱਥੇ ਤਿੰਨ ਅਣਪਛਾਤੇ ਨੌਜਵਾਨ ਇਹਨਾਂ ਦੇ ਕੋਲ ਆਉਂਦੇ ਹਨ ਅਤੇ ਇਹਨਾਂ ਨੂੰ ਦਾਤਰ ਦੀ ਨੋਕ 'ਤੇ ਇਹਨਾਂ ਦੇ ਹੱਥ 'ਤੇ ਦਾਤਰ ਨਾਲ ਵਾਰ ਵੀ ਕਰਦੇ ਹਨ ਅਤੇ ਇਹਨਾਂ ਕੋਲੋਂ ਦੋਨਾਂ ਕੋਲੋਂ ਦੋ ਫੋਨ ਅਤੇ ਉੱਥੋਂ ਖੋ ਕੇ ਫਰਾਰ ਹੋ ਜਾਂਦੇ ਜਿਸ ਤੋਂ ਬਾਅਦ ਜਦੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਆ ਤਾਂ ਸਾਡੇ SHO ਸਿਵਲ ਲਾਈਨਸ ਅਤੇ ਉਹਨਾਂ ਦੀ ਟੀਮ ਤੁਰੰਤ ਹਰਕਤ ਵਿੱਚ ਆਉਂਦੇ ਹਨ ਅਤੇ ਜਦੋਂ ਅਸੀਂ ਟੈਕਨੀਕਲ ਸਾਧਨਾਂ ਦੇ ਆਧਾਰ 'ਤੇ ਇਹਨਾਂ ਦਾ ਪਿੱਛਾ ਕੀਤਾ ਜੋ ਵੀ ਸਾਨੂੰ ਮੁੱਢਲੀ ਇਨਫੋਰਮੇਸ਼ਨ ਸੀ ਤਾਂ 2 ਘੰਟੇ ਦੇ ਅੰਦਰ ਅੰਦਰ ਅਸੀਂ ਜੋ ਇਸ ਵਿੱਚ ਮੇਨ ਦੋਸ਼ੀ ਆ ਜਿਸ ਦਾ ਨਾਮ ਭੁਪਿੰਦਰ ਸਿੰਘ ਪੁੱਤਰ ਬਹਾਦਰ ਸਿੰਘ ਰਹਿਣ ਵਾਲਾ ਮੁਕਮਪੁਰਾ ਬਟਾਲਾ ਰੋਡ ਅੰਮ੍ਰਿਤਸਰ ਇਸ ਨੂੰ ਅਸੀਂ ਅਰੈਸਟ ਕਰਨ ਵਿੱਚ ਕਾਮਯਾਬ ਹੁੰਦੇ ਹਾਂ ਅਤੇ ਇਸ ਕੋਲੋਂ ਜੋ ਦੋਨੋਂ ਖੋਏ ਗਏ ਮੋਬਾਈਲ ਫੋਨ ਨੇ ਇੱਕ ਮੋਬਾਈਲ ਫੋਨ Y20i ਅਤੇ ਦੂਸਰਾ OPPO 15 ਇਹ ਦੋਨੋਂ ਮੋਬਾਈਲ ਫੋਨ ਜੋ ਖੋਹ ਕੀਤੇ ਗਏ ਬਰਾਮਦ ਹੋ ਜਾਂਦੇ ਹਨ ਅਤੇ ਜੋ ਦੂਸਰਾ ਇਹਨਾਂ ਨੇ ਵਾਰਦਾਤ ਵਿੱਚ ਵਰਤਿਆ ਗਿਆ ਦਾਤਰ ਆ ਉਹ ਵੀ ਉਸ ਕੋਲੋਂ ਰਿਕਵਰ ਹੋ ਜਾਂਦਾ ਸੋ ਇਸ ਜੋ ਇੱਕ ਦੋਸ਼ੀ ਆ ਉਸਦੀ ਅਸੀਂ ਅਰੈਸਟ ਪਾ ਲਈ ਆ ਜੋ ਦੂਸਰੇ ਦੋ ਦੋਸ਼ੀ ਆ ਉਹਨਾਂ ਵਾਸਤੇ ਅਸੀਂ ਇਸਦਾ ਪੁਲਿਸ ਰਿਮਾਂਡ ਲਿਆ ਵਾ ਪੁਲਿਸ ਰਿਮਾਂਡ ਦੇ ਦੌਰਾਨ ਇਸ ਤੋਂ ਦੋਨੋਂ ਦੋਸ਼ੀਆਂ ਬਾਰੇ ਡਿਟੇਲ ਪੁੱਛਗਿੱਛ ਕੀਤੀ ਜਾ ਰਹੀ ਹੈ ਜਲਦੀ ਦੋਨੋਂ ਦੋਸ਼ੀਆਂ ਨੂੰ ਅਰੈਸਟ ਕਰਕੇ ਜੋ ਵਾਰਦਾਤ ਵਿੱਚ ਵਰਜਿਆ ਗਿਆ ਮੋਟਰਸਾਈਕਲ ਆ ਉਹ ਰਿਕਵਰ ਕੀਤਾ ਜਾਊਗਾ ਅਤੇ ਦੋਨੋਂ ਦੋਸ਼ੀਆਂ ਨੂੰ ਅਰੈਸਟ ਕੀਤਾ ਜਾਊਗਾ ਜੋ ਇਹ ਮੇਨ ਦੋਸ਼ੀ ਆ ਇਸ ਦੇ ਖਿਲਾਫ ਪਹਿਲਾਂ ਵੀ NDPS ਦੇ ਚੋਰੀ ਦੇ ਸਨੈਚਿੰਗ ਦੇ ਐਕਸਾਈਜ਼ ਐਕਟ ਦੇ ਅਲੱਗ ਅਲੱਗ 5 ਮੁਕੱਦਮੇ ਦਰਜ ਨੇ ਸੋ ਇਸ ਦਾ ਕ੍ਰਿਮੀਨਲ ਬੈਕਗ੍ਰਾਊਂਡ ਹੈ ਅਤੇ ਵਾਰਦਾਤ ਕਰਦੇ ਸਮੇਂ ਕਿਉਂਕਿ ਜਦੋਂ ਕੋਈ ਵੀ ਵਾਰਦਾਤ ਵੈਪਨ ਦੇ ਆਧਾਰ 'ਤੇ ਹੁੰਦੀ ਹੈ ਇਹ ਸਾਡੇ ਵਾਸਤੇ ਖਾਸ ਤੌਰ 'ਤੇ ਬੜੀ ਪ੍ਰਾਇੋਰਿਟੀ ਹੁੰਦੀ ਹੈ ਅਤੇ ਇਸ ਵਿੱਚ ਵੇਖਣ ਵਿੱਚ ਆਇਆ ਕਿ 1:30 ਵਜੇ ਰਾਤ ਨੂੰ ਵਾਰਦਾਤ ਹੁੰਦੀ ਹੈ SHO ਅੰਮ੍ਰਿਤਸਰ ਨੇ ਸ਼੍ਰੀ ਗੁਰਕ੍ਰਿਸ਼ਨ ਭੁੱਲਰ ਉਹਨਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਅਰੈਸਟ ਕੀਤਾ ਤੇ ਉਹਨਾਂ ਦੀ ਜੋ ਪ੍ਰਾਪਰਟੀ ਮੋਬਾਈਲ ਫੋਨ ਖੋਹ ਕੀਤੀ ਗਈ ਸੀ ਉਹ ਦੋਨੋਂ ਰਿਕਵਰ ਕਰ ਲਏ ਨੇ ਜੀ ਇਹ ਜੀ ਕਿਉਂਕਿ ਸਟੂਡੈਂਟਸ ਇਸ ਟਾਈਮ ਰਾਤ ਨੂੰ ਪੈਦਲ ਘੁੰਮ ਰਹੇ ਸਨ ਸੋ ਇੱਕ ਤਰੀਕੇ ਨਾਲ ਉਹਨਾਂ ਲਈ ਈਜ਼ੀ ਟਾਰਗੇਟਸ ਬਣ ਗਏ ਸੋ ਇਹ ਰੈਂਡਮ ਇੱਕ ਤਰ੍ਹਾਂ ਨਾਲ ਕੀਤਾ ਗਿਆ ਕੋਈ ਪਲੈਨਿੰਗ ਦੇ ਤਹਿਤ ਨਹੀਂ ਸੋ ਪਿਛਲੇ ਦਿਨ ਹੀ ਰੇਲਵੇ ਸਟੇਸ਼ਨ ਦੇ ਬਾਹਰ ਦਾਤਰ ਦੀ ਨੋਕ ਤੇ ਲੁੱਟ ਖੋ ਕਰਨ ਵਾਲੇ ਨੂੰ ਦੋਨੋਂ ਤੋਂ ਮੋਬਾਈਲ ਫੋਨ ਮੰਗਵਾ ਲਿਆ ਸੀ ਦੋਸਤ ਦੇ ਵੱਲੋਂ ਕਾਬੂ ਕੀਤਾ ਗਿਆ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿਸ ਨੌਜਵਾਨ ਦੀ ਤਸਵੀਰ ਤਾਂ ਲੁੱਟਾਂ ਖੋਹਾਂ ਕੀਤੀਆਂ ਜਾ ਰਹੀਆਂ ਕੋਈ ਜ਼ਿਆਦਾ ਸਟਰਗਲ ਨਹੀਂ ਹੋਇਆ ਬਟ ਇੱਕ ਪਰਿਵਾਰ ਕੀਤਾ ਗਿਆ ਜੋ ਉਸ ਦੇ ਹੱਥ ਦੇ ਵਿੱਚ ਇਸ ਕਰਕੇ ਜੋ ਅਸੀਂ ਮੁਕੱਦਮਾ ਰਜਿਸਟਰ ਕੀਤਾ ਉਹ 379 B2 ਦੇ ਤਹਿਤ ਹੁੰਦਾ ਜਿਹਦੇ ਵਿੱਚ ਸਜ਼ਾ ਘੱਟੋ ਘੱਟ 10 ਸਾਲ ਹੈ ਜੀ ਸਰ ਕੀ ਪਹਿਲਾਂ ਵੀ ਕੋਈ ਵਾਰਤਾ ਕਰ ਚੁੱਕੇ ਨੇ ਬਿਲਕੁਲ ਜੀ ਇਹ ਨਸ਼ੇ ਦੇ ਆਦੀ ਨੇ ਜੀ ਅਤੇ ਪਹਿਲਾਂ ਵੀ ਕਈ ਵਾਰਦਾਤਾਂ ਕੀਤੀਆਂ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜੋ ਪਹਿਲਾ ਦੋਸ਼ੀ ਅਸੀਂ ਅਰੈਸਟ ਕੀਤਾ ਵਾ ਇਸ ਦੇ ਖਿਲਾਫ ਪਹਿਲਾਂ ਵੀ NDPS ਐਕਸਾਈਜ਼ ਐਕਟ ਚੋਰੀ ਸਨੈਚਿੰਗ ਦੇ ਤਹਿਤ ਅਲੱਗ ਅਲੱਗ 5 ਮੁਕੱਦਮੇ ਦਰਜ ਨੇ ਸੋ ਬਾਕੀ ਇਹਦੇ ਤੋਂ ਡਿਟੇਲ 'ਚ ਕੋਸ਼ਿਸ਼ ਕੀਤੀ ਜਾ ਰਹੀ ਆ ਅਤੇ ਸਾਨੂੰ ਪੂਰੀ ਉਮੀਦ ਆ ਕਿ ਹੋਰ ਵੀ ਕਈ ਵਾਰਦਾਤਾਂ ਜੋ ਇਹਨਾਂ ਨੇ ਕੀਤੀਆਂ ਹੋ ਸਕਦੀਆਂ ਨੇ ਉਹ ਟਰੇਸ ਹੋਣਗੀਆਂ ਅਤੇ ਹੋਰ ਵੀ ਰਿਕਵਰੀ ਹੋਣ ਦੀ ਡਿਊਰਿੰਗ ਰਿਮਾਂਡ ਪੂਰੀ ਉਮੀਦ ਆ ਜੀ ਜੋ ਉਸ ਦਿਨ ਇਹਨਾਂ ਨੇ ਇੱਕ ਹੋਰ ਵਾਰਦਾਤ ਸਾਹਮਣੇ ਆਈ ਹੈ ਜੋ ਇਹਨਾਂ ਨੇ ਸਨੈਚਿੰਗ ਕੀਤੀ ਹੈ ਉਸ ਦੇ ਬਾਰੇ ਹਜੇ ਡਿਟੇਲ 'ਚ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰਨ ਤੋਂ ਬਾਅਦ ਅਗਰ ਰਿਕਵਰੀ ਹੁੰਦੀ ਆ ਤਾਂ ਜੋ ਸੰਬੰਧਿਤ ਥਾਣਾ ਉਹਨੂੰ ਇਨਫੋਰਮ ਕੀਤਾ ਜਾਊਗੀ ਤਾਂ ਕਿ ਉਸ ਮੁਕੱਦਮੇ ਦੇ ਵਿੱਚ ਵੀ ਇਹਨਾਂ ਦੀ ਅਰੈਸਟ ਪਾਈ ਜਾਊਗੀ ਇਹ ਤਿੰਨੇ ਦੋਸ਼ੀ ਨੇ ਮੋਟਰਸਾਈਕਲ ਤੇ ਸਨ ਤੇ ਜੋ ਮੋਟਰਸਾਈਕਲ ਆ ਬਾਕੀ ਦੋ ਦੋਸ਼ੀ ਜੋ ਫਰਾਰ ਹੋਏ ਨੇ ਉਹਨਾਂ ਕੋਲ ਆ ਉਹਨਾਂ ਨੂੰ ਜਲਦੀ ਨਾਮਜ਼ਦ ਕਰਕੇ ਇਹਦੇ ਵਿੱਚ ਅਰੈਸਟ ਕਰਕੇ ਮੋਟਰਸਾਈਕਲ ਵੀ ਬਰਾਮਦ ਕਰਾਂਗੇ ਜੋ ਇਹ ਏਰੀਆ ਜੀ ਖਾਸ ਤੌਰ ਤੇ ਜਿਵੇਂ ਕਿ ਮੁਕਮਪੁਰੇ ਦਾ ਰਹਿਣ ਵਾਲੇ ਦੋਸ਼ੀ ਸੋ ਇਹ ਖਾਸ ਤੌਰ ਤੇ ਜੋ ਸਾਡਾ ਸਦਰ ਦਾ ਏਰੀਆ ਸਿਵਲ ਲਾਈਨ ਦਾ ਏਰੀਆ ਏ ਡਿਵੀਜ਼ਨ ਦਾ ਏਰੀਆ ਇਸ ਏਰੀਏ ਦੇ ਵਿੱਚ ਜ਼ਿਆਦਾ ਐਕਟਿਵ ਸਨ ਜਿਸ ਏਰੀਏ ਦੇ ਵਿੱਚ ਰਾਤ ਨੂੰ ਥੋੜ੍ਹੀ ਹਰਕਤ ਰਹਿੰਦੀ ਹੈ ਜਿਵੇਂ ਕਿ ਸਿਵਲ ਲਾਈਨ ਏਰੀਏ ਦੇ ਵਿੱਚ ਹੋਟਲਸ ਕਾਫੀ ਨੇ ਰੇਲਵੇ ਸਟੇਸ਼ਨ ਆ ਜਿਸ ਕਰਕੇ ਆਵਾਜਾਈ ਆਮ ਇਸ ਏਰੀਏ ਦੇ ਵਿੱਚ ਰਾਤ ਨੂੰ ਰਹਿੰਦੀ ਹੈ ਸੋ ਇਸ ਕਰਕੇ ਇਹੋ ਜਿਹੇ ਏਰੀਏ ਬੱਸ ਸਟੈਂਡ ਦਾ ਏਰੀਆ ਹੋ ਗਿਆ ਇਹੋ ਜਿਹੇ ਏਰੀਏ ਨੂੰ ਖਾਸ ਤੌਰ ਤੇ ਟਾਰਗੇਟ ਕਰਦੇ ਸਨ ਸੋਫਟ ਟਾਰਗੇਟ ਕਰਦੇ ਸੀ ਜਾਂ ਬਿਲਕੁਲ ਜੀ ਜੇ ਕਿਉਂਕਿ ਸਾਡੇ ਰੇਲਵੇ ਸਟੇਸ਼ਨ ਤੇ ਬੱਸ ਸਟੈਂਡ ਤੇ ਜ਼ਿਆਦਾ ਜੋ ਆਵਾਜਾਈ ਆ ਉਹ ਅੰਮ੍ਰਿਤਸਰ ਤੋਂ ਬਾਹਰ ਦੇ ਲੋਕਾਂ ਦੀ ਹੈ ਜਿਸ ਕਾਰਨ ਉਹ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਉਹਨਾਂ ਨੂੰ ਸਮਝ ਵੀ ਨਹੀਂ ਹੁੰਦੀ ਏਰੀਏ ਦੀ ਜਿਸ ਕਾਰਨ ਇਹ ਉਹੋ ਜਿਹੇ ਭੋਲੇ ਭਾਲੇ ਲੋਕਾਂ ਨੇ ਜੋ ਟੂਰਿਸਟ ਪਰਪਸ ਲਈ ਜਾਂ ਕਿਸੇ ਕੰਮ ਲਈ ਆਉਂਦੇ ਨੇ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਜੀ ਕਿੰਨੀ ਕਾਮਯਾਬੀ ਸਮਝ ਦੇਖੋ ਜੀ ਜਿੱਥੇ ਵਾਰਦਾਤ ਸਨੈਚਿੰਗ ਦੀ ਗੱਲ ਆਉਂਦੀ ਹੈ
ਸਾਡੇ ਲਈ ਟੋਪ ਮੋਸਟ ਪ੍ਰਾਇਰਟੀ ਆ। ਸਾਡੇ ਜੋ ਸੀ ਪੀ ਅੰਮ੍ਰਿਤਸਰ ਨੇ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਨੇ ਬੜੀ ਤਵੱਜੋ ਦਿੱਤੀ ਹੈ ਤਾਂ ਕਿ ਹਰ ਬੰਦਾ ਸਿਕਿਓਰ ਫੀਲ ਕਰੇ। ਅਗਰ ਕੋਈ ਬੰਦਾ ਰਾਤ ਨੂੰ 2 ਵਜੇ ਵੀ ਰੋਡਸ 'ਤੇ ਫ੍ਰੀਲੀ ਘੁੰਮਣਾ ਚਾਹੁੰਦਾ ਵਾ ਉਸਨੂੰ ਕੋਈ ਇਨਸਕਿਉਰਿਟੀ ਨਾ ਫੀਲ ਹੋਵੇ। ਇਸ ਕਰਕੇ ਜਦੋਂ ਵੀ ਇਹੋ ਜਿਹੀ ਵਾਰਦਾ ਸਪੈਸ਼ਲੀ ਜਿਵੇਂ ਇਹਨਾਂ ਨੇ ਦਾਤਰ ਦੇ ਨੋਕ 'ਤੇ ਦਾਤਰ ਦਾ ਵਾਰ ਕਰਕੇ ਉਹਨਾਂ ਤੋਂ ਮੋਬਾਈਲ ਫੋਨ ਖੋਹ ਕੀਤੇ ਨੇ, ਸੋ ਇਹ ਸਾਡੇ ਲਈ ਟੋਪ ਪ੍ਰਾਇਰਟੀ ਹੋ ਜਾਂਦੀ ਹੈ। ਅਤੇ 2 ਘੰਟੇ ਦੇ ਵਿੱਚ ਇੱਕ ਮੁਕੱਦਮਾ ਟਰੇਸ ਕਰਕੇ ਉਸਨੂੰ ਹੱਲ ਕਰਨਾ ਬਹੁਤ ਵੱਡੀ ਗੱਲ ਆ। ਇਸ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਜੀ ਵੱਲੋਂ ਸਾਡੀ ਪੂਰੀ ਟੀਮ SHO ਬਾਕੀ ਪੂਰੀ ਟੀਮ ਜੋ ਵੀ ਉਸ ਇਸ ਵਿੱਚ ਸ਼ਾਮਿਲ ਸੀ ਸਾਰਿਆਂ ਨੂੰ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਵਾ, ਉਹ ਵੀ ਤੁਹਾਨੂੰ ਫੋਟੋ ਸ਼ੇਅਰ ਕਰਾਂਗੇ। ਸੋ ਸਾਰੀ ਟੀਮ ਦੀ ਬੜੀ ਉਹਨਾਂ ਨੇ ਵਾਹਵਾਹੀ ਕੀਤੀ ਹੈ ਕਿਉਂਕਿ 2 ਘੰਟੇ ਜਿਹੋ ਜਿਹਾ ਮੁਕੱਦਮਾ ਟਰੇਸ ਕਰਨਾ ਬਹੁਤ ਵੱਡੀ ਗੱਲ ਹੈ। ਬਿਲਕੁਲ ਜੀ, ਇਹਨਾਂ ਦਾ ਸਾਡੇ ਕੋਲ 3 ਦਿਨ ਦਾ ਰਿਮਾਂਡ ਹੈ, ਸੋ ਇਹਨਾਂ ਦੀ ਡਿਟੇਲ 'ਚ ਕੋਸ਼ਿਸ਼ ਕਰਾਂਗੇ, ਬਾਕੀ 2 ਦੋਸ਼ੀਆਂ ਬਾਰੇ ਵੀ ਜਾਣਕਾਰੀ ਲਵਾਂਗੇ ਅਤੇ ਹੋਰ ਵੀ ਜੇ ਗਰੋਹ ਦੇ ਵਿੱਚ ਇਹਨਾਂ ਦੇ ਨਾਲ ਹੋਰ ਬੰਦੇ ਸ਼ਾਮਿਲ ਹੋਣਗੇ ਤਾਂ ਉਹਨਾਂ ਨੂੰ ਵੀ ਨਾਮਜ਼ਦ ਕਰਕੇ ਅਸੀਂ ਅਰੈਸਟ ਕਰਾਂਗੇ। ਇਹ ਰਾਤ ਨੂੰ ਜੀ ਕਰੀਬ 1:30 ਵਜੇ ਦੇ ਕਰੀਬ ਵਾਰਦਾਤ ਹੋਈ ਸੀ ਅਤੇ ਵਿਦ ਇਨ 2 ਆਵਰਸ ਮਤਲਬ ਇਹ ਵਾਰਦਾਤ ਰੇਸ ਹੋ ਗਈ ਸੀ। ਉਸ ਤੋਂ ਬਾਅਦ ਮੁਕੱਦਮਾ ਨਾਲ ਦੀ ਨਾਲ ਰਜਿਸਟਰ ਕਰਕੇ ਇਸ ਦੋਸ਼ੀ ਦੀ ਅਸੀਂ ਅਰੈਸਟ ਕੀਤੀ ਹੈ। ਬਿਲਕੁਲ ਜੀ, ਰਿਮਾਂਡ ਦੇ ਡਿਟੇਲ ਚ ਕੋਸ਼ਿਸ਼ ਕਰਾਂਗੇ ਕਿਉਂਕਿ ਅਗਰ ਇਹਨਾਂ ਨੇ ਇੱਥੇ ਵਾਰਦਾਤ ਕੀਤੀ ਉਸ ਰਾਤ ਹੋਰ ਵੀ ਵਾਰਦਾਤ ਕੀਤੀਆਂ ਹੋ ਸਕਦੀਆਂ ਜੋ ਸਾਡੇ ਸਾਹਮਣੇ ਆਈਆਂ ਨੇ, ਤੇ ਪੁਰਾਣੀਆਂ ਵੀ ਕਈ ਵਾਰਦਾਤਾਂ ਇਹਨਾਂ ਕੋਲੋਂ ਕੀਤੀਆਂ ਹੋ ਸਕਦੀਆਂ। ਸੋ ਜਿੱਥੇ ਇੱਥੇ ਵਾਰਦਾਤ ਕੀਤੀ ਹੈ ਥਾਣੇ ਨੂੰ ਵੀ ਇਨਫੋਰਮ ਕੀਤਾ ਜਾਊਗੀ ਤੇ ਹੋਰ ਰਿਕਵਰੀਜ਼ ਵੀ ਕੀਤੀਆਂ ਜਾਣਗੀਆਂ। ਬਿਲਕੁਲ ਜੀ, ਉਹ ਫੜਨੇ ਬਾਕੀ ਨੇ ਜੀ। ਕਾਫੀ ਮਤਲਬ ਸਾਲ ਤੋਂ ਹੀ ਲੱਗੇ ਹੋਏ ਨੇ ਤੇ ਜਿਵੇਂ ਇਹਨਾਂ ਦੇ ਖਿਲਾਫ਼ ਪਹਿਲਾਂ ਵੀ 5 ਮੁਕੱਦਮੇ ਦਰਜ ਨੇ, ਉਹਨਾਂ ਵਿੱਚ ਕਈਆਂ 'ਚ ਅਰੈਸਟ ਹੋ ਗਏ, ਇਹ ਜੇਲ੍ਹ ਵੀ ਕੱਟ ਕੇ ਆਏ ਨੇ।